रेंज एक्सटेंशन ऑफ ए एमीटर, ये साडा टॉपिक हैगा। एक एमीटर जिदा जिहड़ा कि एक रीडिंग पढ़ रहा है, मान लो जीरो तो लैके 5 एम्पेयर, जे उहदी रेंज नूं असीं एक्सटेंड करना होवे जीरो तो 10 एम्पेयर, जीरो तो 100 एम्पेयर, कोई भी रेंज आपां बनाउणी होवे, तो उहदे वास्ते साडा की मैथड हुंदा, असीं उहदे बारे डिस्कशन करन जा रहे हैंगे। ओके जी, सब तो पहला एमीटर के अंदरले पासे कॉन्सटेंट्स किहड़े किहड़े हुंदे ने, पहला तो आपां उह देखदे हैंगे भी कोई भी जिहड़ा एमीटर हुंदा हैगा उहदी इक तां हुंदी हैगी इंटरनल रेजिस्टेंस, एक उहदे विच जिहड़ा हुंदा लिमिट, सेफ लिमिट ऑफ करंट जिहड़ा पास हो सकदा हैगा इस रेजिस्टेंस नूं पिघलाए बिना, इस कोयल नूं, जिहड़ी इह कोयल हैगी कोयल नूं पिघलाए बिना किन्ना करंट वध तों वध पास हो सकदा, उह करंट हुंदा साडा फुल स्केल डिफलैक्शन। मान लो जीरो तों लैके जे 5 एम्पेयर उहने लिखिया होया तां 5 एम्पेयर वध तों वध उह करंट हैगा जिहड़ा इहदे विच दी लंघ सकदा इहनूं बिना पिघलाए। हुण जे 6 एम्पेयर करंट जां 5.5 एम्पेयर करंट जदों वी इह रेजिस्टेंस दे विच जाएगा तां आई स्केयर आर हीट करके जिहड़ी इह तार होगी साडी पिघल जाएगी ते साडा जिहड़ा मीटर आ उह कम्म नहीं कर पाउणा। तो ये वास्ते सानू की करना होंदा गा, तो रेंज की एक्सटेंड फिर आप कर किवें सकदे आंगे। मेन एक सब तो वड्डा फंडा यह होंदा जिहड़ा साडा एमीटर होंदा, एमीटर इज आलवेज कनैक्टड इन सीरीज, आलवेज कनैक्टड इन सीरीज दे विच लगदा गा, ते जिहड़ा भी इंस्ट्रूमेंट सीरीज दे विच लगदा होंदा गा उहदी जिहड़ी रेजिस्टेंस हुंदी हैगी इंटरनल रेजिस्टेंस जिहड़ी हुंदी हैगी उह बड़ी घट हुंदी हैगी, ता ही साडा करंट ताडा लोड तक जाएगा। ओके जी, तो एक चीज़ सानू इत्थे समझनी बहुत जरूरी हैगी भी कोई भी जिहड़ा एमीटर हैगा, एमीटर की जिहड़ी इंटरनल रेजिस्टेंस होएगी उहनूं आपां आर एम कहिंदे ने, मीटर रेजिस्टेंस, इंटरनल रेजिस्टेंस जिन्नी छोटी तो छोटी होई हैगी उहदा जिहड़ा करंट रेंज होएगी, जिहड़ी करंट जिहड़ी मेजर करन दी समर्था होएगी, जिहड़ी उहदी जिहड़ी अपनी कपैसिटी होएगी उह उन्नी ही वधी जाएगी। मतलब कि जिन्ना रेजिस्टेंस घट होएगा उन्ना करंट मेजर उहदे विचों ਵੱਧ ਕਰੰਟ ਲੰਘੇਗਾ, ਵੱਧ ਕਰੰਟ ਮੇਜਰ ਹੋਏਗਾ। ਓਕੇ, ਮੰਨ ਲਓ ਸਾਡੇ ਕੋਲ ਇੱਕ ਇਹਦੇ ਵਿੱਚ ਦੇਖੋ, ਮੰਨ ਲਓ ਮੇਰੇ ਕੋਲ ਇੱਕ ਇਹ ਰਜਿਸਟੈਂਸ ਹੈਗੀ, ਇਹਨੂੰ ਆਪਾਂ ਰਜਿਸਟੈਂਸ ਕਹਾਂਗੇ ਆਰ ਐਮ, ਇਹ ਹੈਗੀ ਮੀਟਰ ਦੀ ਆਪਦੀ ਰਜਿਸਟੈਂਸ ਜਿਹੜੀ ਕਿ ਕੋਂਸਟੈਂਟ ਹੈਗੀ, ਜਿਹੜੀ ਕਿ ਮੈਨੂਫੈਕਚਰ ਨੇ ਜਦੋਂ ਮੀਟਰ ਬਣਾਇਆ ਸੀਗਾ ਉਸ ਵੇਲੇ ਉਹਦੀ ਕੋਈ ਨਾ ਕੋਈ ਉਹਦੀ ਰਜਿਸਟੈਂਸ ਬਣਾ ਤੀ। ਇਹਦੇ ਵਿੱਚ ਇੱਕ ਕਰੰਟ ਹੈਗਾ ਜਿਹੜਾ ਉਹਨੇ ਜਿਹੜਾ ਵੀ ਕਰੰਟ ਉਹਨੇ ਫੁੱਲ ਸਕੇਲ ਡਿਫਲੈਕਸ਼ਨ ਦਿੱਤੀ ਹੁੰਦੀ ਹੈ ਉਹ ਕਰੰਟ ਹੁੰਦਾ ਹੈਗਾ ਵੱਧ ਤੋਂ ਵੱਧ ਜਿਹੜਾ ਇਹਦੇ ਵਿੱਚ ਦੀ ਫਲੋ ਕਰ ਸਕਦਾ ਉਹਨੂੰ ਆਪਾਂ ਮੀਟਰ ਕਰੰਟ ਕਹਿੰਦੇ ਹਾਂ ਕਿ ਦੈਟ ਇਜ਼ ਕਾਲਡ ਆਈ ਐਮ। ਹੁਣ ਜਦੋਂ ਇਹਦੀ ਅਸੀਂ ਰੇਂਜ ਨੂੰ ਐਕਸਟੈਂਡ ਕਰਨਾ, ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਵੀ ਜਦੋਂ ਵੀ ਮੀਟਰ ਦੀ ਰੇਂਜ ਐਕਸਟੈਂਡ ਕਰਨੀ ਹੈਗੀ ਅਸੀਂ ਕੀ ਕਰਨਾ ਪਏਗਾ, ਸਾਨੂੰ ਜਿਹੜੀ ਸਾਡੀ ਮੀਟਰ ਦੀ ਜਿਹੜੀ ਰਜਿਸਟੈਂਸ ਹੋਏਗੀ ਇਹਨੂੰ ਘਟਾਉਣਾ ਪਏਗਾ। ਆਪਾਂ ਨੂੰ ਪਤਾ ਰਜਿਸਟੈਂਸ ਜਦੋਂ ਵੀ ਸੀਰੀਜ਼ ਦੇ ਵਿੱਚ ਲੱਗਦੀ ਹੁੰਦੀ ਹੈ ਟੋਟਲ ਰਜਿਸਟੈਂਸ ਵੱਧਦੀ ਹੁੰਦੀ ਹੈਗੀ, ਜਦੋਂ ਵੀ ਰਜਿਸਟੈਂਸ ਸਾਡੀਆਂ ਪੈਰਲਲ ਦੇ ਵਿੱਚ ਲੱਗਦੀਆਂ ਹੁੰਦੀਆਂ ਨੇਗੀਆਂ, ਸਾਡੀ ਰਜਿਸਟੈਂਸ ਕੀ ਹੁੰਦੀ ਹੈ ਘਟਦੀ ਹੁੰਦੀ ਆ। ਤਾਂ ਇਹ ਜਿਹੜੀ ਰਜਿਸਟੈਂਸ ਹੋਏਗੀ ਇਹਨੂੰ ਆਪਾਂ ਸ਼ੰਟ ਰਜਿਸਟੈਂਸ ਕਹਿੰਦੇ ਹੁੰਦੇ, ਸ਼ੰਟ ਰਜਿਸਟੈਂਸ ਦੀ ਵੈਲਿਊ ਜਿਹੜੀ ਹੁੰਦੀ ਹੈ ਬਹੁਤ ਛੋਟੀ ਹੁੰਦੀ ਅਤੇ ਹਮੇਸ਼ਾ ਜਿਹੜਾ ਸੀਰੀਜ਼ ਜਿਹੜਾ ਸਾਡਾ ਐਮੀਟਰ ਹੁੰਦਾ ਐਮੀਟਰ ਦੇ ਇੰਟਰਨਲ ਕੋਇਲ ਜਿਹੜੀ ਹੁੰਦੀ ਹੈਗੀ ਕੋਇਲ ਦੇ ਪੈਰਲ ਦੇ ਵਿੱਚ ਲੱਗਦਾ ਹੁੰਦਾ ਹੈਗਾ ਹਮੇਸ਼ਾ, ਜਿਹੜੀ ਸਾਡੀ ਸ਼ੰਟ ਰਜਿਸਟੈਂਸ ਹੁੰਦੀ ਹੈਗੀ। ਤਾਂ ਹੁਣ ਜਦੋਂ ਵੀ ਇੱਕ ਸ਼ੰਟ ਰਜਿਸਟੈਂਸ ਇੱਥੇ ਲੱਗ ਜਾਏਗੀ ਤਾਂ ਟੋਟਲ ਰਜਿਸਟੈਂਸ ਘੱਟਦੀ, ਜਿਹਦੇ ਕਰਕੇ ਕੀ ਹੋਏਗਾ ਸਾਡਾ ਜਿਹੜਾ ਟੋਟਲ ਕਰੰਟ ਜਿਹੜਾ ਪਿੱਛੋਂ ਆਏਗਾ ਉਹ ਵੱਧ ਲੰਘ ਸਕਦਾ, ਇਹਦੇ ਵਿੱਚ ਤਾਂ ਉਨਾ ਹੀ ਲੰਘੇਗਾ ਜਿੰਨਾ ਇਹ ਲੰਘ ਸਕਦਾ ਸੀਗਾ, ਜੇ 5 ਐਮਪੀਅਰ ਆ ਤਾਂ 5 ਹੀ ਲੰਘੇਗਾ, ਬਾਕੀ ਕਰੰਟ ਇੱਧਰੋਂ ਬਾਈਪਾਸ ਹੋ ਜਾਏਗਾ। ਉਹ ਇੱਧਰੋਂ ਬਾਈਪਾਸ ਕਿੰਨਾ ਹੁੰਦਾ ਉਹ ਹੁੰਦਾ ਗਾ ਉਹ ਡਿਪੈਂਡ ਕੀਤੇ ਕਰੇਗਾ ਇਹਨਾਂ ਦੀ ਰੇਸ਼ੋ ਦੇ ਉੱਪਰ। ਤਾਂ ਉਹਦੇ ਵਾਸਤੇ ਆਪਾਂ ਦੇਖਦੇ ਹਾਂ ਕਿ ਸਾਨੂੰ ਦੇਖੋ ਇੱਕ ਚੀਜ਼ ਪਤਾ ਵੀ ਜਿਹੜਾ ਪੁਆਇੰਟ ਏ ਆ ਅਤੇ ਬੀ ਆ, ਆ ਪੂਰਾ ਰਜਿਸਟੈਂਸ ਏ ਬੀ ਅਤੇ ਆਹ ਹੇਠਾਂ ਵਾਲਾ ਰਜਿਸਟੈਂਸ ਸ਼ੰਟ ਰਜਿਸਟੈਂਸ। ਆਪਾਂ ਨੂੰ ਪਤਾ ਵੀ ਜਦੋਂ ਵੀ ਦੋ ਚੀਜ਼ਾਂ ਪੈਰਲ ਦੇ ਵਿੱਚ ਹੋਣਾ ਜਿਹੜੀ ਵੋਲਟੇਜ ਹੁੰਦੀ ਹੈ ਉਹ ਸੇਮ ਹੁੰਦੀ ਆ, ਅਤੇ ਵੋਲਟੇਜ ਹੁੰਦੀ ਕੀ ਹੈਗੀ, ਵੋਲਟੇਜ ਹੁੰਦੀ ਹੈ ਕਰੰਟ ਅਤੇ ਇੱਕ ਰਜਿਸਟੈਂਸ, ਇੱਕ ਰਜਿਸਟੈਂਸ ਦੇ ਵਿੱਚੋਂ ਜਿੰਨਾ ਕਰੰਟ ਲੰਘੇਗਾ ਉਹਨਾਂ ਦੋਨਾਂ ਜਿਹੜੀ ਗੁਣਾ ਹੁੰਦੀ ਹੈ ਉਹ ਵੋਲਟੇਜ ਹੁੰਦੀ ਆ। ਤਾਂ ਜੇ ਮੈਂ ਆਹ ਐਮੀਟਰ ਦੀ ਗੱਲ ਕਰਾਂ ਜਿਹੜੀ ਇੰਟਰਨਲ ਰਜਿਸਟੈਂਸ ਹੈਗੀ ਉਹਦੀ, ਇੰਟਰਨਲ ਜਿਹੜਾ ਉਹਦੇ ਜਿੰਨੇ ਵੀ ਕੰਸਟਰਕਸ਼ਨ ਹੈਗੀ ਉਹਦੇ ਵਿੱਚ ਜਿਹੜਾ ਟੋਟਲ ਰਜਿਸਟੈਂਸ ਹੈਗੀ ਉਹ ਹੈਗੀ ਆਰ ਐਮ, ਅਤੇ ਉਹਦੇ ਵਿੱਚ ਕਰੰਟ ਜਿਹੜਾ ਲੰਘ ਸਕਦਾ ਜਿਹੜਾ ਸਾਡਾ ਆਈ ਐਮ, ਇਹ ਸਾਡੀ ਵੋਲਟੇਜ ਹੋ ਗਈ ਜਿਹੜੀ ਵੋਲਟੇਜ ਇਹਦੇ ਕ੍ਰੋਸ ਹੋ ਗਈ ਸਾਡੀ ਕੋਇਲ ਦੇ ਜਿਹੜੀ ਕਿ ਇੰਟਰਨਲ ਕੋਇਲ ਆ ਗਈ ਸਾਡੀ ਕਿਹਦੀ ਐਮੀਟਰ ਦੀ। ਹੁਣ ਇੱਕ ਚੀਜ਼ ਦੇਖੋ, ਜੇ ਇਹਦੀ ਵੋਲਟੇਜ ਆ ਕੋਈ ਨਾ ਕੋਈ ਆਈ ਐਮ ਆਰ ਐਮ, ਤਾਂ ਜਿਹੜੀ ਵੀ ਵੋਲਟੇਜ ਹੋਏਗੀ ਇਸ ਦੇ ਪੂਰੇ ਦੇ ਕ੍ਰੋਸ ਉਹ ਇਹਦੇ ਬਰਾਬਰ ਹੋਏਗੀ ਕਿਉਂਕਿ ਦੋਨੇ ਇਹ ਪੈਰਲ ਦੇ ਵਿੱਚ ਹੈਗੇ। ਤਾਂ ਸਾਡੇ ਕੋਲ ਕੀ ਹੋਊਗਾ, ਆਈ ਐਮ ਇੰਟੂ ਆਰ ਐਮ ਇਜ਼ ਇਕਲ ਟੂ ਆਈ ਐਸ ਆਰ ਐਸ। ਤਾਂ ਮਤਲਬ ਕੀ ਹੈ, ਇਹਦੇ ਵਿੱਚੋਂ ਲੰਘਣ ਵਾਲਾ ਕਰੰਟ ਇਹ ਰਜਿਸਟੈਂਸ, ਰਜਿਸਟੈਂਸ ਮਲਟੀਪਲਾਈ ਬਾਏ ਇਹਦੇ ਵਿੱਚੋਂ ਲੰਘਣ ਵਾਲਾ ਕਰੰਟ, ਇਹਦੇ ਵਿੱਚੋਂ ਲੰਘਣ ਵਾਲਾ ਕਰੰਟ ਕਿਹੜਾ ਹੈਗਾ, ਸ਼ੰਟ ਰਜਿਸਟੈਂਸ, ਜਿਹੜਾ ਸ਼ੰਟ ਕਰੰਟ ਆ ਜਿਹੜਾ, ਸੋਰੀ। ਤਾਂ ਆਹ ਸਾਨੂੰ ਇੰਨੀ ਗੱਲ ਯਾਦ ਰੱਖਣੀ ਹੈ, ਹੈਗਾ ਕੁਛ ਵੀ ਨਹੀਂ, ਇਹ 'ਚੋਂ ਇਹਦੀ ਰਜਿਸਟੈਂਸ ਅਤੇ 'ਚੋਂ ਲੰਘਿਆ ਹੋਇਆ ਕਰੰਟ, ਇਹਦੀ ਰਜਿਸਟੈਂਸ ਅਤੇ 'ਚੋਂ ਲੰਘਿਆ ਹੋਇਆ ਕਰੰਟ, ਇਹਦੀ ਰਜਿਸਟੈਂਸ ਅਤੇ 'ਚੋਂ ਲੰਘਿਆ ਕਰੰਟ, ਇਹਨਾਂ ਦੋਨਾਂ ਨੂੰ ਅਸੀਂ ਇਕੁਅਲ ਕਰਨਾ ਸਾਡੇ ਕੋਲ ਆਂਸਰ ਆ ਜਾਊਗਾ। ਹੁਣ ਸਿਰਫ ਗੱਲ ਸਿਰਫ ਇੰਨੀ ਕਿ ਆ ਗਈ ਵੀ ਜੇ ਉਹਨੇ ਜਿਹੜੇ
ਆਪਾਂ ਨੂੰ ਆ ਤਾਂ ਆਈ ਐਮ ਪਤਾ ਲੱਗ ਗਿਆ, ਆਰ ਐਮ ਵੀ ਸਾਨੂੰ ਪਤਾ, ਜਿਹੜਾ ਵੀ ਦਿੱਤਾ ਹੋਏਗਾ ਨਾ ਕੁਛ ਨਾ ਕੁਛ। ਗੱਲ ਕੀ ਹੈਗੀ, ਗੱਲ ਸਿਰਫ ਇਹ ਹੋਏਗੀ ਵੀ ਆਈ ਐਸ ਕਿੰਨਾ ਗਾ। ਮੰਨ ਲਓ ਇੱਥੇ ਆਪਾਂ ਮੰਨ ਕੇ ਚੱਲਦੇ ਹਾਂ, ਮੰਨ ਲਓ ਇਹ ਸਾਡਾ ਜਿਹੜਾ ਸੀਗਾ ਇਹ ਸੀਗਾ 0 ਤੋਂ ਲੈ ਕੇ 5 ਐਂਪੀਅਰ ਦਾ, ਅਤੇ ਅਸੀਂ ਜਿਹੜੀ ਰੇਂਜ ਹੈਗੀ 0 ਤੋਂ 10 ਐਂਪੀਅਰ ਉਹਦੀ ਐਕਸਟੈਂਡ ਕਰਨੀ ਹੈਗੀ। ਤਾਂ ਇੱਕ ਗੱਲ ਸਾਨੂੰ ਪਤਾ ਵੀ 5 ਐਂਪੀਅਰ ਇਹਦੇ ਵਿੱਚ ਹੀ ਲੰਘ ਸਕਦਾ ਗਾ। ਜਦੋਂ ਆਪਾਂ 10 ਐਂਪੀਅਰ ਇੱਥੇ ਆਪਾਂ 10 ਐਂਪੀਅਰ ਦੇਵਾਂਗੇ ਇਹਨੂੰ, ਵੀ ਇੱਥੇ ਲੋਡ ਤੱਕ ਇਹ 10 ਐਂਪੀਅਰ ਜੇ ਆਪਾਂ ਪਹੁੰਚਾਉਣਾ ਗਾ, ਤਾਂ 5 ਤਾਂ ਇਹਦੇ ਵਿੱਚ ਹੀ ਲੰਘ ਸਕਦਾ, ਬਾਕੀ ਜਿਹੜਾ ਕਰੰਟ ਹੋਏਗਾ ਉਹ ਸਾਡਾ ਇੱਥੋਂ ਲੰਘੇਗਾ 5 ਐਂਪੀਅਰ। ਤਾਂ ਟੋਟਲ ਕਰੰਟ ਜਿਹੜਾ ਹੋਏਗਾ ਉਹ 10 ਐਂਪੀਅਰ ਹੋਏਗਾ। ਉਹ ਵੱਖਰੀ ਗੱਲ ਆ ਕਿ ਵੀ ਜਦੋਂ ਵੀ ਸਾਡੇ ਕੋਲ ਜਿਹੜੀ ਇਹ 10 ਐਂਪੀਅਰ ਟੋਟਲ ਕਰੰਟ ਲੰਘੇਗਾ, ਤਾਂ ਸਾਡੇ ਕੋਲ ਰੀਡਿੰਗ ਜਿਹੜੀ ਐਮੀਟਰ ਦੇ ਉੱਪਰ ਜੇ ਸਕੇਲ ਸਾਡਾ 5 ਐਂਪੀਅਰ ਤੱਕ ਬਣਿਆ ਹੋਇਆ, ਤਾਂ ਰੀਡਿੰਗ ਤਾਂ ਸਾਡੀ ਉਹ 5 ਸ਼ੋ ਕਰੇਗਾ, ਪਰ ਆਪਾਂ ਮੰਨਾਂਗੇ ਵੀ ਜੇ 5 ਸ਼ੋ ਕਰ ਰਿਹਾ ਤਾਂ 10 ਐਂਪੀਅਰ ਆ ਕਰੰਟ। ਤਾਂ ਹੁਣ ਆਪਾਂ ਇੱਥੇ ਕੀ ਕਰਾਂਗੇ, ਹੁਣ ਦੇਖੋ 5 ਜਿਹੜਾ ਆਹ 5 ਹੈਗਾ, ਇਹ 5 ਸਾਡਾ ਕੀ ਹੈਗਾ, ਇਹ ਸਾਡਾ ਸ਼ੰਟ ਕਰੰਟ ਹੈਗਾ। ਚਲੋ ਥੋੜ੍ਹਾ ਜਿਹਾ ਸਿੰਪਲੀਫਿਕੇਸ਼ਨ ਵਾਸਤੇ ਇਹਨੂੰ ਆਪਾਂ 10 ਨਾ ਮੰਨ ਕੇ ਨਾ ਇਹਨੂੰ ਆਪਾਂ 20 ਮੰਨਦੇ ਹਾਂ, ਕਿਉਂਕਿ 5-5 ਸੇਮ ਆ ਗਿਆ, ਅਸੀਂ ਕਨਫਿਊਜ਼ਨ ਹੋ ਸਕਦੇ ਸਾਨੂੰ, ਤਾਂ ਇਹ 20 ਮੰਨਦੇ ਹਾਂ। ਤਾਂ ਇੱਥੇ ਸਾਡੇ ਕੋਲ ਕਿੰਨਾ ਆਏਗਾ, 15 ਆਏਗਾ, ਤਾਂ ਆਈ ਆ ਸਾਡਾ 15। ਤਾਂ ਇੱਥੇ ਕੀ ਭਰਿਆ ਜਾਏਗਾ, ਜਿਹਦੀ ਇੰਟਰਨਲ ਰੈਜ਼ਿਸਟੈਂਸ ਅਸੀਂ ਮੈਂ 2 ਓਮ ਦੀ ਮੰਨ ਲਾ, ਤਾਂ ਆਹ ਸਾਨੂੰ ਮੈਨੂੰ ਪਤਾ ਨਹੀਂ, ਤਾਂ ਮੈਂ ਸਿੱਧਾ ਕੀ ਕਰਨਾਗਾ, 5 ਗੁਣਾ ਆਈ ਐਮ ਜਿਹੜਾ ਵੀ ਲੰਘ ਰਿਹਾ ਸੀ ਸੇਫ ਲਿਮਿਟ, ਗੁਣਾ 2 ਇਜ਼ੀਕਲ ਟੂ ਹੈ ਕੀ ਦਿਆ ਗਿਆ ਇਹ ਕੋਲ, ਜਿਹੜਾ ਕਰੰਟ ਇਹਦੇ ਵਿੱਚ ਲੰਘ ਰਿਹਾ ਆਈ ਐਸ, ਆਈ ਐਸ ਕਿੰਨਾ ਕਰੰਟ ਆ, 15 ਗੁਣਾ ਆਰ ਐਸ। ਅਤੇ ਹੁਣ ਅਸੀਂ ਕੁਛ ਵੀ ਨਹੀਂ ਕਰਨਾ, 15 ਨੂੰ ਇਹ ਥੱਲੇ ਲੈ ਕੇ ਜਾਣਾ ਜੀ, ਤਾਂ ਸਾਡੇ ਕੋਲ ਆਹਦੀ ਵੈਲਿਊ ਆ ਜੀ, ਇਹਨੂੰ ਇਹ ਥੱਲੇ ਲੈ ਜਾਣਾ, ਜਿਹਨੂੰ ਇਹ ਥੱਲੇ ਲੈ ਕੇ ਗਏ ਸਾਡੇ ਕੋਲ ਕੀ ਆ ਗਈ, 2/3। ਤਾਂ 2/3 ਓਮ ਦੀ ਇੱਕ ਰਜਿਸਟੈਂਸ ਜਦੋਂ ਅਸੀਂ ਇਹਦੇ ਪੈਰਲਲ ਦੇ ਵਿੱਚ ਲਾਵਾਂਗੇ, ਸਾਡੇ ਕੋਲ ਵੈਲਿਊ ਆ ਜਾਏਗੀ। ਇੱਕ ਨੁਮੈਰੀਕਲ ਦੇਖਦੇ ਹਾਂ ਕਿ ਇੱਕ ਇਹ ਨੁਮੈਰੀਕਲ ਕੀ ਕਹਿੰਦਾ ਹੈਗਾ, ਇਹ ਮੂਵਿੰਗ ਕੋਇਲ ਇੰਸਟਰੂਮੈਂਟ ਹੈਜ਼ ਇੰਟਰਨਲ ਰਜਿਸਟੈਂਸ ਆਫ ਆਰ 0.8 ਓਮ ਐਂਡ ਫੁੱਲ ਸਕੇਲ ਡਿਫਲੈਕਸ਼ਨ ਇਜ਼ 1 ਐਂਪੀਅਰ। ਫਾਇੰਡ ਦਾ ਵੈਲਿਊ ਆਫ ਸ਼ੰਟ ਰਜਿਸਟੈਂਸ ਟੂ ਐਕਸਟੈਂਡ ਇਟਸ ਰੇਂਜ ਅਪ ਟੂ 0-5 ਐਂਪੀਅਰ। ਮਤਲਬ ਕੀ ਆ, ਸਾਡੇ ਕੋਲ ਇਹਨੇ ਕੀ ਦਿੱਤਾ ਹੋਇਆ, ਇੱਕ ਆਰ ਐਮ ਦਿੱਤਾ ਹੋਇਆ, ਆਰ ਐਮ ਦੀ ਵੈਲਿਊ ਉਹਨੇ ਦਿੱਤੀ ਹੈਗੀ 0.8 ਐਂਪੀਅਰ। ਸਾਡੇ ਕੋਲ ਇੱਕ ਉਹਨੇ ਕੀ ਕਿਹਾ ਹੈਗਾ, ਇਹਦੀ ਰੇਂਜ ਐਕਸਟੈਂਡ, ਇਹਦੇ ਵਿੱਚ ਜਿਹੜਾ ਸੇਫ ਲਿਮਿਟ ਦਾ ਕਰੰਟ ਆ ਉਹ ਕਿੰਨਾ ਲੰਘ ਸਕਦਾ ਹੈਗਾ, 1 ਐਂਪੀਅਰ। ਹੁਣ ਇਹਦੀ ਰੇਂਜ ਐਕਸਟੈਂਡ ਕਰਨੀ 0 ਤੋਂ ਲੈ ਕੇ 5 ਐਂਪੀਅਰ, ਤਾਂ ਮਤਲਬ ਸਾਨੂੰ ਇੱਕ ਸ਼ੰਟ ਰਜਿਸਟੈਂਸ ਲਾਉਣੀ ਪਏਗੀ ਇਹਦੇ ਪੈਰਲਲ ਦੇ ਵਿੱਚ। ਤਾਂ ਇਹਦਾ ਮਤਲਬ ਕੀ ਹੈਗਾ, ਸਾਡੇ ਕੋਲ ਆਈ ਐਮ ਕਿੰਨਾ ਆ ਗਿਆ, ਜਿੰਨਾ ਸੇਫ ਲਿਮਿਟ ਲੰਘ ਸਕਦੀ ਉਹ ਆ ਗਿਆ ਸਾਡਾ 1 ਐਂਪੀਅਰ। ਸਾਡੇ ਕੋਲ ਆਰ ਐਮ ਕਿੰਨਾ ਆ ਗਿਆ, ਉਹ ਆ ਗਿਆ ਸਾਡਾ 0.8 ਓਮ। ਇੱਥੇ ਕਰੰਟ ਕੱਢ ਲਾਂਗਾ, ਜੇ ਟੋਟਲ ਕਰੰਟ ਅਸੀਂ 5 ਲੰਘਾਉਣਾ ਗਾ ਤਾਂ 1 ਤਾਂ ਇਹ ਲੰਘਾ ਸਕਦਾ ਗਾ, ਜਿਹੜਾ ਬਾਕੀ ਆ ਉਹ ਇੱਥੋਂ 4 ਲੰਘਾਵਾਂਗੇ ਆਪਾਂ ਇੱਧਰ ਦੀ, ਇਹ ਲੰਘਾਵਾਂਗੇ ਤਾਂ ਮਤਲਬ ਕੀ ਆ ਵੀ ਰਜਿਸਟੈਂਸ ਇੱਦਾਂ ਹੀ ਲਾਵਾਂਗੇ ਵੀ ਉਹ 4 ਐਂਪੀਅਰ ਕਰੰਟ ਸਾਡਾ ਬਾਈਪਾਸ ਕਰਵਾ ਦੇਵੇ। ਤਾਂ ਉਹਦੇ ਵਾਸਤੇ ਫਾਰਮੂਲਾ ਅਸੀਂ ਪਹਿਲਾਂ ਹੀ ਦੇਖਿਆ ਵੀ ਇਹਨਾਂ ਦੋ ਇਹਦਾ ਕਰੰਟ ਅਤੇ ਇਹਦੀ ਰਜਿਸਟੈਂਸ ਦੀ ਜਿਹੜੀ ਗੁਣਾ ਹੋਏਗੀ ਉਹ ਬਰਾਬਰ ਹੋਏਗੀ ਇਹਦੇ ਕਰੰਟ ਅਤੇ ਇਹਦੀ ਰਜਿਸਟੈਂਸ ਦੀ ਗੁਣਾ। ਇਹਦੇ ਰਜਿਸਟੈਂਸ ਦਾ ਨਾਂ ਹੈਗਾ ਆਰ ਐਸ, ਇਹਦੇ ਜਿਹੜਾ 4 ਐਂਪੀਅਰ ਕਰੰਟ ਇਹਦਾ ਨਾਂ ਹੈਗਾ ਆਈ ਐਸ। ਤਾਂ ਆਪਾਂ ਫਾਰਮੂਲਾ ਕਿਹਾ ਸੀਗਾ ਵੀ ਆਈ ਐਮ ਆਰ ਐਮ ਇਜ਼ ਇਕੁਅਲ ਟੂ ਆਈ ਐਸ ਆਰ ਐਸ। ਤਾਂ ਆਈ ਐਮ ਸਾਡੇ ਕੋਲ ਕਿੰਨਾ ਗਾ ਇੱਥੇ, 1 ਗੁਣਾ 0.8 ਇਜ਼ ਇਕੁਅਲ ਟੂ, ਆਰ ਐਸ ਸਾਡੇ ਕੋਲ ਕਿੰਨਾ ਗਾ 4 ਗੁਣਾ, ਆਰ ਐਸ ਕਿੰਨਾ ਪਤਾ ਨਹੀਂ ਸਾਨੂੰ। ਤਾਂ ਮੇਰੇ ਕੋਲ ਵੈਲਿਊ ਇਹਨੂੰ ਜਦੋਂ ਮੈਂ ਥੱਲੇ ਲੈ ਕੇ ਜਾਵਾਂਗਾ, ਇਹਨੂੰ ਜਿਹੜਾ 4 ਇਹ ਥੱਲੇ ਲੈ ਜਾਵਾਂਗਾ, ਮੇਰੇ ਕੋਲ ਵੈਲਿਊ ਆਰ ਐਸ ਦੀ ਆ ਜਾਏਗੀ। ਤਾਂ ਮੇਰੇ ਕੋਲ ਕਿੰਨਾ ਆ ਗਿਆ, 0.8/4। ਮੈਂ 10/8 ਇਹਨੂੰ ਹਟਾ ਦਾਂਗਾ, 2.2 ਓਮ ਦੀ ਰਜਿਸਟੈਂਸ ਜਦੋਂ ਮੈਂ ਇਹਦੇ ਸੀਰੀਜ਼ ਦੇ ਵਿੱਚ ਲਗਾਊਂਗਾ ਤਾਂ ਮੇਰੀ ਜਿਹੜੀ ਰੇਂਜ ਹੈਗੀ ਉਹ ਮੇਰੀ ਕਿੰਨੀ ਹੋਜੂਗੀ, ਉਹ 5 ਐਂਪੀਅਰ ਕਰੰਟ ਹੋਜੂਗਾ। ਉਹ ਵੱਖਰੀ ਗੱਲ ਆ ਵੀ ਮੇਰੇ ਜਿਹੜਾ ਐਮੀਟਰ ਹੋਏਗਾ ਉਹਦੇ ਵਿੱਚ ਜਿਹੜੀਆਂ ਲੱਗੀਆਂ ਹੋਣਗੀਆਂ 3-4-5, 1-2-3-4-5 ਸਾਡੀ, ਉਹ ਤਾਂ ਰੇਂਜ ਤਾਂ ਸਾਡੀ ਉਹੀ, ਉਹ ਤਾਂ ਸਾਡੀ ਉਹੀ ਰਹੇਗੀ ਜਿਹੜੀ ਉਹਦੇ ਉੱਪਰ ਡਾਇਲ ਬਣਿਆ ਹੋਇਆ ਜਿਹੜਾ ਇਹਦਾ। ਪਰ ਇਹ ਗੱਲ ਹੈ ਵੀ ਜੇ ਇਹ ਡਾਇਲ ਸਾਨੂੰ 5 ਐਂਪੀਅਰ ਕਰੰਟ ਦੇਊਗਾ ਤਾਂ ਸਾਨੂੰ, ਜੇ ਡਾਇਲ ਸੋਰੀ ਇਹ ਤੇ ਬਣਿਆ ਹੋਏਗਾ ਰੇਂਜ, ਇਹ ਹੈਗਾ ਸਾਡਾ 1 ਐਂਪੀਅਰ ਦਾ, ਤਾਂ ਮਤਲਬ ਹੋਏਗਾ ਇਹ 0.1, ਇਹ ਹੈਗਾ ਸਾਡਾ 0.2, 0.4, 0.6, 0.8, 1.0, ਇੱਦਾਂ ਡਾਇਲ ਹੈਗਾ। ਤਾਂ ਜਦੋਂ ਇਹ 1.0 ਐਂਪੀਅਰ ਕਰੰਟ ਦੇਊਗਾ ਦੇਖਣ ਨੂੰ, ਜਿਸ ਵੇਲੇ ਰੇਂਜ ਐਕਸਟੈਂਡ ਕਰਨ ਤੋਂ ਬਾਅਦ ਜਦੋਂ ਇੱਥੇ ਸੂਈ ਆਇਆ ਕਰੂਗੀ, ਅਸੀਂ ਮੰਨਾਂਗੇ ਕਿੰਨਾ ਕਰੰਟ ਆ ਸਾਡਾ, ਇਹ ਸਾਡਾ 5 ਐਂਪੀਅਰ ਕਰੰਟ ਆ। ਠੀਕ ਹੈ ਜੀ, ਇਹ ਆ। ਥੈਂਕ ਯੂ।